ਯੂਕਰੇਨੀ ਪਰਿ ਕਹਾਣੀ ਹੈ ਪੋਕਾਤੀ ਗੋਰਸ਼ਿਕ ਇੱਕ ਵਾਰੀ ਇੱਕ ਆਦਮੀ ਹੁੰਦਾ ਸੀ ਜਿਹਦੇ 6 ਪੁੱਤਰ ਸਨ ਤੇ ਅਲੀਯੋਨ ਦਾ ਨਾਂ ਦੀ ਇੱਕ ਧੀ ਸੀ ਇੱਕ ਦਿਨ ਪੁੱਤਰ ਪੈਲੀ ਵohn ਗਏ ਤੇ ਉਹਨਾਂ ਆਪਣੀ ਭੈਣ ਨੂੰ ਕਿਹਾ ਉਹਨਾਂ ਦੀ ਰੋਟੀ ਉੱਥੇ ਆਵੇ ਮੈਨੂੰ ਦੱਸੋ ਹੋਵੋਗੇ ਕਿੱਥੇ ਮੈਨੂੰ ਪਤਾ ਲੱਗੇ ਨਾ ਤੇ ਮੈਂ ਆਉਣਾ ਕਿਹੜੀ ਥਾਂ ਹੈ ਅਲੀਯੋਨ ਕਹਿੰਿਆ ਭਰਾਵਾਂ ਨੇ ਆਖਿਆ ਅਸੀਂ ਝੁੱਗੀ ਤੋਂ ਉਸ ਟੋਟੇ ਤੱਕ ਜਿਹੜਾ ਅਸੀਂ ਵਾਹ ਰਹੇ ਹੋਵਾਂਗੇ ਇੱਕ ਸਿਆੜ ਕੱਢੀ ਜਾਵਾਂਗੇ ਤੇ ਜੇ ਤੂੰ ਸਿਆੜ ਦੇ ਨਾਲ-ਨਾਲ ਟੁਰਦੀ ਆਵੇਂ ਸਾਨੂੰ ਲੱਭ ਲਏਗੀ ਤੇ ਕਹਿ ਕੇ ਉਹ ਚਲੇ ਗਈ ਤੇ ਉਧਰ ਜੰਗਲ 'ਚ ਉਸ ਪੈਲੀ ਕੋਲ ਇੱਕ ਅਜਗਰ ਰਹਿੰਦਾ ਸੀ ਤੇ ਉਹ ਆਇਆ ਤੇ ਉਹਨੇ ਭਰਾਵਾਂ ਦੀ ਪੁੱਟੀ ਸਿਆੜ ਭਰ ਦਿੱਤੀ ਤੇ ਆਪਣੀ ਕੱਢ ਲਈ ਜਿਹੜੀ ਸਿੱਧੀ ਉਹਦੇ ਘਰ ਦੇ ਬੂਹੇ ਤੱਕ ਜਾਂਦੀ ਸੀ ਤੇ ਜਦੋਂ ਅਲੀਯੋਨ ਕਾ ਆਪਣੇ ਭਰਾਵਾਂ ਦੀ ਰੋਟੀ ਲੈ ਉਹਨਾਂ ਵੱਲ ਚੱਲੀ ਉਹ ਨਕਲੀ ਸਿਆੜ ਦੇ ਨਾਲ ਨਾਲ ਰੁੱਢਦੀ ਗਈ ਤੇ ਸਿੱਧੀ ਅਜਗਰ ਦੇ ਵੇੜੇ 'ਚ ਜਾਵੜੀ ਜਿੱਥੇ ਉਹਨੂੰ ਅਜਗਰ ਨੇ ਇੱਕਦਮ ਫੜ ਲਿਆ ਸ਼ਾਮ ਨੂੰ ਮੁੰਡੇ ਘਰ ਆਏ ਤੇ ਆਪਣੀ ਮਾਂ ਨੂੰ ਕਹਿਣ ਲੱਗੇ ਸਾਰਾ ਦਿਨ ਅਸੀਂ ਹਲ ਚਲਾਉਂਦੇ ਰਹੇ ਹਾਂ ਸਾਨੂੰ ਕੁਝ ਖਾਣ ਨੂੰ ਕਿਉਂ ਨਹੀਂ ਜੇ ਭੇਜਿਆ ਪਰ ਮੈਂ ਤਾਂ ਭੇਜਿਆ ਸੀ ਮਾਂ ਨੇ ਜਵਾਬ ਦਿੱਤਾ ਮੈਂ ਤੁਹਾਡੀ ਰੋਟੀ ਤੇ ਅਲੀਉਣ ਕਾ ਨੂੰ ਪਹਿਲੀ ਵਾਰ ਖੱਲਿਆ ਸੀ ਤੇ ਮੇਰਾ ਖਿਆਲ ਸੀ ਉਹ ਤੁਹਾਡੇ ਨਾਲ ਆ ਰਹੀ ਹੋਵੇਗੀ ਰਾਤਾ ਨਹੀਂ ਭੁੱਲ ਗਈ ਹੋਵੇਗੀ ਅਸੀਂ ਜਾਣਿਆ ਤੇ ਉਹਨੂੰ ਲੱਭਦੇ ਆਂ ਭਰਾਵਾਂ ਨੇ ਕਿਹਾ ਤੇ 6 ਦੇ 6 ਅਜਗਰ ਦੀ ਸਿਆੜ ਦੇ ਨਾਲ-ਨਾਲ ਟੁਰਦੇ ਗਏ ਤੇ ਅਖੀਰ ਉਹਦੇ ਵੇਲੇ ਚ ਆ ਪੁੱਜੇ ਤੇ ਉਹਨਾਂ ਕੀ ਵੇਖਿਆ ਉਹਨਾਂ ਸਾਹਮਣੇ ਉਹਨਾਂ ਦੀ ਭੈਣ ਖਲੋਤੀ ਸੀ ਮੇਰੇ ਵੀਰ ਨੇ ਉਹ ਅਜਗਰ ਆ ਗਿਆ ਤਾਂ ਮੈਂ ਤੁਹਾਨੂੰ ਕਿੱਥੇ ਲੁਕਾਵਾਂਗੀ ਤੁਹਾਨੂੰ ਖਾ ਜਾਏਗਾ ਉਹ ਅਲੀ ਉਹਨਾਂ ਕੁਰਲਾਈ ਤੇ ਵੇਖੋ ਅਜਗਰ ਉਹਨਾਂ ਵੱਲ ਉੱਡਦਾ ਆ ਰਿਹਾ ਸੀ ਤੇ ਸੱਪ ਵਾਂਗ ਜੋ ਉਹ ਸੀ ਸ਼ੁਕਰਾਂ ਛੱਡ ਰਿਹਾ ਸੀ ਆਦੰਬੋ ਆਦੰਬੋ ਕੂਕਿਆ ਅੱਛਾ ਭਈ ਜਵਾਨੋ ਅਸੀਂ ਲੜਾਈ ਲੜਨੀ ਹੈ ਕਿ ਸੁਲਾ ਕਰਨੀ ਹੈ ਅਸੀਂ ਲੜਾਈ ਲੜਨੀ ਹੈ ਉਹ ਲਲਕਾਰੇ ਤਾਂ ਉਹ ਫਿਰ ਲੋਹੇ ਦੇ ਫਰਸ਼ ਵਾਲੇ ਗਹਾਈ ਪੜ ਨੂੰ ਚੱਲੀਏ ਤੇ ਲੋਹੇ ਦੇ ਫਰਸ਼ ਵਾਲੇ ਗਹਾਈ ਪੜ ਵੱਲ ਚਲੇ ਗਏ ਪਰ ਉਹ ਬਹੁਤਾ ਚਿਰ ਨਾ ਲੜੇ ਇਸ ਲਈ ਕਿ ਅਜਗਰ ਨੇ ਉਹਨਾਂ ਉੱਤੇ ਇੱਕੋ ਵਾਰੀ ਕੀਤਾ ਉਹਨਾਂ ਨੂੰ ਫਰਸ਼ ਦੇ ਪਿੱਛੇ ਧੱਕ ਦਿੱਤਾ ਤੇ ਫਿਰ ਉਹਨੇ ਅਦਮੋਯਾ ਨੂੰ ਬਾਹਰ ਧਰੋਇਆ ਤੇ ਡੂੰਗੀ ਕਾਲ ਕੋਠੜੀ ਵਿੱਚ ਸੁੱਟ ਦਿੱਤਾ। ਮਾਪੇ ਆਪਣੇ ਪੁੱਤਰਾਂ ਦੀ ਪਰਤਨ ਦੀ ਉਡੀਕ ਕਰਦੇ ਰਹੇ ਪਰ ਅਫਸੋਸ ਉਹ ਐਵੇਂ ਉਡੀਕਦੇ ਰਹੇ। ਇੱਕ ਦਿਨ ਮਾਂ ਕੁਝ ਕੱਪੜੇ ਧੋਣ ਦਰਿਆ ਤੇ ਗਈ ਉਹਨੇ ਵੇਖਿਆ ਉੱਥੇ ਸੜਕ ਉੱਤੇ ਉਹਦੇ ਵੱਲ ਰਿੜਦਾ ਆਉਂਦਾ ਇੱਕ ਨਿੱਕਾ-ਮੁਨੇਕਾ ਮੱਟਰ ਉਹਦੀ ਨਜ਼ਰੀ ਪਿਆ। ਉਹਨੇ ਮੱਟਰ ਚੁੱਕ ਲਿਆ ਤੇ ਖਾ ਲਿਆ ਤੇ ਵਕਤ ਪਾ ਕੇ ਉਹਦੇ ਘਰ ਇੱਕ ਮੁੰਡਾ ਹੋਇਆ। ਤੇ ਉਹਦਾ ਨਾਂ ਉਹਨਾਂ ਪੁਕਾਤੀ ਗੁਰੂਸ਼ੇਕ ਜਾਂ ਰਿੜ ਦਾ ਮਟਰ ਰੱਖ ਦਿੱਤਾ ਪੁਕਾਤੀ ਗੁਰੂਸ਼ੇਕ ਵੱਡਾ ਹੋਣ ਲੱਗਾ ਵੱਡਾ ਹੁੰਦਾ ਗਿਆ ਵੱਡਾ ਹੁੰਦਾ ਗਿਆ ਭਾਵੇਂ ਉਹਦੀ ਉਮਰ ਬਹੁਤੀ ਨਹੀਂ ਸੀ ਉੱਚਾ ਲਮਾ ਤਕੜਾ ਨਿਕਲ ਆਇਆ ਇੱਕ ਦਿਨ ਉਹਦਾ ਬਾਪੂ ਤੇ ਉਹ ਇੱਕ ਖੂਪ ਉੱਟਣ ਲੱਗੇ ਤੇ ਪੁੱਟਦੇ ਗਏ ਜਦੋਂ ਤੱਕ ਉਹਨਾਂ ਦੇ ਬੇਲਚੇ ਇੱਕ ਬਹੁਤ ਵੱਡੀ ਚਟਾਨ ਨਾਲ ਨਾਲ ਆ ਵਜੇ ਪਿਓ ਚਟਾਨ ਨੂੰ ਚੁੱਕਣ ਚ ਮਦਦ ਲਈ ਲੋਕਾਂ ਨੂੰ ਬੁਲਾਣ ਗਿਆ ਪਰ ਉਹਦੇ ਪਰਤਨ ਤੋਂ ਪਹਿਲਾਂ ਹੀ ਪੁਕਾਤੀ ਗੁਰੂ ਸ਼ੇਖ ਨੇ ਚੱਟਾ ਨੂੰ ਆਪਣੇ ਆਪ ਹੀ ਚੁੱਕ ਕੇ ਪਰਾਂ ਸੁੱਟ ਲਿਆ ਹੋਇਆ ਸੀ ਲੋਕ ਆਏ ਤੇ ਉਹਨਾਂ ਵੇਖਿਆ ਹੈਰਾਨ ਰਹਿ ਗਏ ਤੇ ਡਰ ਵੀ ਗਏ ਕਿਉਂਕਿ ਪੁਕਾਤੀ ਗੁਰੂ ਸ਼ੇਖ ਉਹਨਾਂ ਚੋਂ ਹਰ ਕਿਸੇ ਨਾਲੋਂ ਬਹੁਤ ਹੀ ਤਕੜਾ ਸੀ ਸੱਚੀ ਮੁੱਚੀ ਇਹਨਾਂ ਡਰ ਗਏ ਕਿ ਉਹਨਾਂ ਪੁਕਾਤੀ ਗੁਰੂ ਸ਼ੇਖ ਨੂੰ ਮਾਰ ਮੁਕਾਣ ਦਾ ਮਤਅ ਪਕਾ ਲਿਆ ਪਰ ਪੁਕਾਤੀ ਗੁਰੂ ਸ਼ੇਖ ਨੇ ਚੱਟਾ ਨੂੰ ਤਾਂ ਹਵਾ 'ਚ ਸੁੱਟ ਵਗਾਈ ਤੇ ਫਿਰ ਜੋਬਲੀ ਤੇ ਤਾਕਤ ਦਾ ਇਹ ਕਰਤਾ ਵੇਖ ਲੋਕ ਉਥੋਂ ਤੇ ਤਰੋ ਗਏ ਪਿਓ ਤੇ ਪੁੱਤਰ ਫੁੱਟਦੇ ਗਏ ਫੁੱਟਦੇ ਗਏ ਜਦੋਂ ਤੱਕ ਉਹਨਾਂ ਨੂੰ ਲੋਹੇ ਦਾ ਇੱਕ ਬਹੁਤ ਵੱਡਾ ਟੋਟਾ ਨਾ ਲੱਪਿਆ ਤੇ ਟੋਟਾ ਪੁਕਾਤੀ ਗੁਰੂ ਸ਼ੇਖ ਨੇ ਬਾਹਰ ਕੱਢ ਲਿਆ ਤੇ ਲੁਕਾ ਦਿੱਤਾ ਇੱਕ ਦਿਨ ਪੁਕਾਤੀ ਗੁਰੂ ਸ਼ੇਖ ਨੇ ਆਪਣੇ ਮਾਪਿਓ ਨੂੰ ਪੁੱਛਿਆ ਮੇਰੇ ਕੋਈ ਭੈਣ ਭਰਾ ਨਹੀਂ ਸਨ ਹੁੰਦੇ ਹੁੰਦੇ ਕਿਉਂ ਨਹੀਂ ਸਨ ਬੱਚਿਆ ਉਹਨਾਂ ਨੇ ਜਵਾਬ ਦਿੱਤਾ ਤੇਰੀ ਇੱਕ ਭੈਣ ਸੀ ਛੇ ਭਰਾ ਪਰ ਉਨਾ ਅਨੁਸਾਰੀ ਕਹਾਣੀ ਸੁਣਾ ਦਿੱਤੀ ਤੇ ਮੈਂ ਉਹਨਾਂ ਨੂੰ ਲੱਭਣ ਜਾਵਾਂਗਾ ਪੁਕਾਤੀ ਗੁਰੂ ਸ਼ੇਖ ਨਹੀਂ ਗਿਆ ਮਾਂ ਭਿਉ ਨੇ ਉਹਨੂੰ ਬੜਾ ਗਿਆ ਉਹ ਨਾ ਜਾਵੇ ਨਾ ਜਾ ਪੁੱਛਿਆ ਉਹਨਾਂ ਆਖਿਆ ਤੇਰੇ ਭਰਾ ਗਏ ਸੀ ਤੇ 6 ਦੇ 6 ਕੰਮ ਆ ਗਏ ਤੇ ਤੂੰ ਹੈਵੀ ਇਕੱਲਾ ਬਚਣ ਲਈ ਨਹੀਂ ਲੱਗਾ ਨਹੀਂ ਜਾਣਾ ਮੈਂ ਹਰ ਹਾਲ ਹੈ ਪੁਕਾਤੀ ਗੁਰੂ ਸ਼ੇਖ ਨਹੀਂ ਗਿਆ ਤੇ ਇਸ ਲਈ ਕਿ ਮੈਂ ਆਪਣੇ ਸਕੇ ਛੁਡਾਣੇ ਜ਼ਰੂਰ ਨੇ ਤੇ ਉਹਨੇ ਲੋਹੇ ਦੇ ਲੋਹੇ ਦੇ ਉਹ ਟੋਟਾ ਲਿਆ ਜਿਹੜਾ ਉਹਨੂੰ ਲੱਭਾ ਸੀ ਤੇ ਲੈ ਕੇ ਲੋਹਾਰ ਕੋਲ ਗਿਆ ਮੈਨੂੰ ਇੱਕ ਤਲਵਾਰ ਬਣਾ ਦੇ ਜਿੰਨੀ ਵੱਡੀ ਬਣੇ ਉਨੀ ਚੰਗੀ ਉਹਨੇ ਲੋਹਾਰ ਨੂੰ ਆਖਿਆ ਤੇ ਲੋਹਾਰ ਨੇ ਉਹਨੂੰ ਐਡੀ ਵੱਡੀ ਤੇ ਭਾਰੀ ਤਲਵਾਰ ਬਣਾ ਕੇ ਦਿੱਤੀ ਕਿ ਉਹਨੂੰ ਕੋਈ ਲੋਹਾਰਖਾਨੇ ਚੋਂ ਬਾਹਰ ਹੀ ਕੱਢ ਲਿਆਵੇ ਤਾਂ ਬੜੀ ਗੱਲ ਸੀ ਪਰ ਪੋਕਾਤੀ ਗੁਰਸ਼ੇਖ ਨੇ ਤਲਵਾਰ ਫੜ ਲਈ ਘੁਮਾਈ ਤੇ ਉੱਪਰ ਅਸਮਾਨ 'ਚ ਉਛਾਲ ਦਿੱਤੀ ਹੁਣ ਮੈਂ ਲੰਮੀ ਨਿੰਦਰੇ ਸੌਣ ਲੱਗਾ ਉਹਨੇ ਆਪਣੇ ਪਿਓ ਨੂੰ ਆਖਿਆ ਮੈਨੂੰ 12 ਦਿਨਾਂ ਬਾਅਦ ਜਗਾ ਦੇਣਾ ਜਦੋਂ ਤਲਵਾਰ ਰੂਹ ਦੀ ਵਾਪਸ ਆਏ ਉਲੇਟ ਗਿਆ ਤੇ 12 ਦਿਨ ਸੁੱਤਾ ਰਿਹਾ 13ਵੇਂ ਦਿਨ ਤਲਵਾਰ ਉੱਡਦੀ ਵਾਪਸ ਆਈ। ਉਹਦੇ ਉੱਡਣ ਨਾਲ ਸਾਂ ਸਾਂ ਦੀ ਆਵਾਜ਼ ਆਉਂਦੀ ਸੀ। ਤੇ ਉਹਨੇ ਪੁਕਾਤੀ ਗੁਰੂ ਸ਼ੇਖ ਨੂੰ ਜਗਾ ਦਿੱਤਾ ਤੇ ਪੁਕਾਤੀ ਗੁਰੂ ਸ਼ੇਖ ਖੁਦ ਖਲੋਤਾ ਤੇ ਉਹਨੇ ਆਪਣੀ ਮੁੱਠ ਉੱਪਰ ਕੀਤੀ ਤਲਵਾਰ ਉਹਦੇ ਨਾਲ ਆਵਜੀ ਪੁੰਜੀ ਜਾ ਪਈ ਤੇ ਦੋ ਟੋਟੇ ਹੋ ਗਏ। ਮੈਂ ਇਸ ਤਲਵਾਰ ਨਾਲ ਆਪਣੇ ਭੈਣ ਭਰਾਵਾਂ ਨੂੰ ਲੱਭਣ ਨਹੀਂ ਜਾ ਸਕਦਾ। ਪੁਕਾਤੀ ਗੁਰੂ ਸ਼ੇਖ ਨੇ ਆਖੇ ਮੈਨੂੰ ਹੋਰ ਤਲਵਾਰ ਲੈਣੀ ਪਏਗੀ। ਤੇ ਟੁੱਟੀ ਤਲਵਾਰ ਲੈ ਉਹ ਫੇਰ ਲੋਹਾਰ ਕੋਲ ਗਿਆ ਇਸ ਨਾਲ ਮੈਨੂੰ ਇੱਕ ਨਵੀਂ ਤਲਵਾਰ ਬਣਾ ਦੇ ਉਹਨੇ ਆਖੇ ਇਹੋ ਜੀ ਬਣਾ ਜਿਹੜੀ ਮੇਰੇ ਜ਼ੋਰ ਦੇ ਮੇਚ ਦੇ ਆਵੇ ਲੋਹਾਰ ਨੇ ਉਹਨੂੰ ਤਲਵਾਰ ਬਣਾ ਦਿੱਤੀ ਜਿਹੜੀ ਪਹਿਲਾਂ ਨਾਲੋਂ ਵੀ ਵੱਡੀ ਸੀ ਤੇ ਪੁਕਾਤੀ ਗੁਰਸ਼ੇਖ ਇਹਨੂੰ ਉੱਪਰ ਅਸਮਾਨ 'ਚ ਉਠਾਲ ਕੱਤਿਆਂ ਤੇ ਲੰਮਾ ਪੈ ਗਿਆ ਤੇ 12 ਦਿਨ ਹੋਰ ਸੁੱਤਾ ਰਿਹਾ 13ਵੇਂ ਦਿਨ ਤਲਵਾਰ ਉਰਦੀ ਵਾਪਸ ਆਈ ਇੰਜ ਭੀਂ ਭੀਂ ਸਾਹਾਂ ਸਾਹ ਕਰਦੀ ਜ਼ਮੀਨ ਕੰਬ ਉੱਠੀ ਮਾਂ ਪਿਓ ਨੇ ਪੁਕਾਤੀ ਗੁਰਸ਼ੇਖ ਨੂੰ ਜਗਾ ਦਿੱਤਾ ਤੇ ਇਕਦਮ ਹੀ ਕੋ ਦਖਲੋਤਾ। ਉਹਨੇ ਮੁੱਠ ਅੱਗੇ ਕੀਤੀ ਤੇ ਤਲਵਾਰ ਨੂੰ ਆਵਜ ਜੀ ਪਰ ਟੁੱਟੀ ਨਾ ਸਿਰਫ ਥੋੜੀ ਜਿਹੀ ਲਿਫ ਗਈ। ਇਹ ਸੱਚੀ ਮੁੱਠੀ ਚੰਗੀ ਤਲਵਾਰ ਹੈ। ਪੁਕਾਤੀ ਗੁਰਸ਼ੇਖ ਨੇ ਆਖਿਆ ਹੁਣ ਮੈਂ ਆਪਣੇ ਭੈਣ ਤੇ ਭਰਾਵਾਂ ਨੂੰ ਲੱਭ ਸਕਣਾ। ਬੇਬੇ ਮੈਨੂੰ ਕੁਝ ਰੋਟੀਆਂ ਪਕਾ ਦੇ ਤੇ ਕੁਝ ਰਸ ਸੁਕਾ ਦੇ ਤੇ ਮੈਂ ਆਪਣੇ ਰਾਹੇ ਪੈ ਜਾਵਾਂਗਾ। ਤੇ ਉਹਨੇ ਆਪਣੀ ਤਲਵਾਰ ਰਸਾਂ ਦੀ ਬੁੱਕ ਜੀ ਫੜੀ ਤੇ ਮਾਂ ਪਿਓ ਤੋਂ ਵਿਦਾ ਹੋ ਕੇ ਚੱਲ ਪਿਆ। ਤੇ ਜੰਗਲ ਚ ਜਾਵੜਿਆ ਜੰਗਲ ਚ ਟੁਰਦਾ ਆ ਗਿਆ ਟੁਰਦਾ ਆ ਗਿਆ ਅਖੀਰ ਇੱਕ ਵੱਡੇ ਸਾਰੇ ਵਾਰਡ ਵਾਲੇ ਵੇੜੇ ਕੋਲ ਪਹੁੰਚਿਆ ਉਹ ਵੇੜੇ ਚ ਜਾਵੜਿਆ ਤੇ ਅੱਗੇ ਉਹ ਸੋਹਣੇ ਮਹਿਲ ਵਿੱਚ ਜਿਹੜਾ ਉੱਥੇ ਖੜਾ ਸੀ ਉਹਨੂੰ ਆਪਣੀ ਭੈਣ ਅਲੀਯੋਨਕਾ ਮਿਲ ਗਈ ਪਰ ਅਜਗਰ ਦਾ ਨਾਂ ਤੇ ਕੋਈ ਨਾਂ ਨਿਸ਼ਾਨ ਨਹੀਂ ਤੇ ਨਾ ਹੀ ਕੋਈ ਆਵਾਜ਼ ਭਲਾ ਹੋਈ ਸੋਹਣੀਏ ਮੁਟਿਆਰੀ ਪੁਕਾਤੀ ਗੁਰਸ਼ੇਕ ਨੇ ਗਿਆ ਭਲਾ ਹੋਈ ਬੰਕੇ ਗੱਭਰੂ ਆ ਇੱਥੇ ਕਿਉਂ ਆਇਆ ਅਜਗਰ ਆਉਣੀ ਵਾਲਾ ਖਾ ਜਾਏਗਾ ਵੇਖਾਂਗੇ ਸ਼ਾਇਦ ਉਹ ਨਾ ਖਾਈ ਪਰ ਤੂੰ ਕੌਣ ਐ ਸੋਣੀਏ ਮੁਟਿਆਰੇ ਮੈਂ ਆਪਣੇ ਮਾਪਿਓ ਨਾਲ ਰਹਿੰਦੀ ਹੁੰਦੀ ਸਾਂ ਤੇ ਮੈਂ ਉਹਨਾਂ ਦੀ ਇੱਕੋ ਇੱਕ ਧੀ ਸੀ ਸਾਂ ਪਰ ਅਜਗਰ ਮੈਨੂੰ ਚੁੱਕ ਲਿਆ ਤੇ ਭਾਵੇਂ ਮੇਰੇ ਛੇਵੇਂ ਭਰਾਵਾਂ ਨੇ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਉਹ ਛੁਡਾ ਨਾ ਸਕੇ ਭਰਾ ਕਿੱਥੇ ਨੇ ਅਜਗਰ ਨੇ ਕਾਲ ਕੋਠੜੀ ਚ ਪਾ ਦਿੱਤੇ ਸੀ ਪਰ ਪਤਾ ਨਹੀਂ ਜਿਉਂਦੇ ਨੇ ਕਿ ਮਰ ਗਏ ਨੇ ਸ਼ਾਇਦ ਤੈਨੂੰ ਮੈਂ ਛੁਡਾ ਸਕਾਂ ਪੋਕਾ ਤੇ ਗੁਰੂ ਸ਼ੀਖ ਨੇ ਕਿਹਾ ਤੂੰ ਕਿਵੇਂ ਛੁਡਾ ਸਕਣਾ ਮੇਰੇ ਭਰਾਣਾ ਛੁਡਾ ਸਕੇ ਤੇ ਉਹ 6 ਜਣੇ ਸਨ ਤੇ ਤੂੰ ਤੇ ਇਕੱਲਾ ਇਹ ਕੋਈ ਗੱਲ ਨਹੀਂ ਪੁਕਾਤੀ ਗੁਰੂ ਸ਼ੇਖ ਨੇ ਕਿਹਾ ਤੇ ਇੱਕ ਬਾਰੀ ਕੁਲ ਬੈ ਕੇ ਉਡੀਕਣ ਲੱਗ ਪਿਆ ਐਨ ਉਸੇ ਵੇਲੇ ਅਜਗਰ ਉੜਦਾ ਵਾਪਸ ਆਇਆ ਉੜਦਾ ਘਰ ਅੰਦਰ ਵੜਿਆ ਤੇ ਨਾਸਾਂ ਛੁਡੂ ਛੁਡੂ ਕਰਨ ਲੱਗਾ ਆਦਮ ਬੋਕੂ ਗਿਆ ਬੋ ਤੈਨੂੰ ਆਦਮੀ ਦੀ ਆ ਰਹੀ ਪੁਕਾਤੀ ਗੁਰੂ ਸ਼ੇਖ ਨੇ ਜਵਾਬ ਦਿੱਤਾ ਉਹ ਇੱਥੇ ਜੋ ਹੋਇਆ ਨਹੀਂ ਰੀਸਾ ਮੇਰੇ ਨੌਜਵਾਨ ਦੀਆਂ ਕੀ ਚਾਹਨਾ ਲੜਾਈ ਲੜਨਾ ਕਿ ਸੁਲਾ ਕਰਨਾ ਲੜਾਈ ਲੜਨਾ ਹੋਰ ਕੀ ਪੁਕਾਤੀ ਗੁਰੂ ਸ਼ੇਖ ਨੇ ਜਵਾਬ ਦਿੱਤਾ ਤਾਂ ਫਿਰ ਲੋਹੇ ਦੇ ਫਰਸ਼ ਵਾਲੇ ਗਹਾਈ ਪੇਡ ਨੂੰ ਚਲੀਏ ਚੱਲ ਲੋਹੇ ਦੇ ਫਰਸ਼ ਵਾਲੇ ਗਹਾਈ ਪੇਡ ਨੂੰ ਗਏ ਤੇ ਅਜਗਰ ਨੇ ਕਿਹਾ ਪਹਿਲੇ ਤੂੰ ਵਾਰ ਕਰ ਨਹੀਂ ਤੂੰ ਕਰ ਪੁਕਾਤੀ ਗੁਰੂ ਸ਼ੇਖ ਨੇ ਜਵਾਬ ਦਿੱਤਾ ਉਹਨਾਂ ਤਲਵਾਰਾਂ ਟਕਰਾਈਆਂ ਤੇ ਅਜਗਰ ਨੇ ਪੁਕਾਤੀ ਗੁਰੂ ਸ਼ੇਖ ਨੂੰਤੇ ਡਾਟਾ ਸਖਤ ਵਾਰ ਕੀਤਾ ਤੇ ਉਹਨੂੰ ਗਿੱਟਿਆਂ ਤੇ ਲੋਹੇ ਦੇ ਫਰਸ਼ ਵਾਲੇ ਗਹਾਈ ਪੇਡ 'ਚ ਧੱਕ ਦਿੱਤਾ ਪੁਕਾਤੀ ਗੁਰੂ ਸ਼ਿਖ ਨੇ ਆਪਣੇ ਆਪ ਨੂੰ ਕੱਢ ਲਿਆ ਤੇ ਆਪਣੀ ਤਲਵਾਰ ਘੁਮਾਈ ਤੇ ਅਜਗਰ ਉੱਤੇ ਜਵਾਬੀ ਵਾਰ ਕੀਤਾ ਕਿ ਉਹਨੂੰ ਗੋਡਿਆਂ ਤੱਕ ਲੋਹੇ ਦੇ ਫਰਸ਼ ਵਾਲੇ ਗਹਾਈ ਪਿੰਡ ਵਿੱਚ ਧੱਕ ਦਿੱਤਾ ਪਰ ਅਜਗਰ ਨੇ ਆਪਣੇ ਆਪ ਨੂੰ ਕੱਢ ਲਿਆ ਪੁਕਾਤੀ ਗੁਰੂ ਸ਼ਿਖ ਉੱਤੇ ਇੱਕ ਹੋਰ ਵਾਰ ਕੀਤਾ ਤੇ ਉਹਨੂੰ ਗੋਡਿਆਂ ਤੱਕ ਫਰਸ਼ ਵਿੱਚ ਧੱਕ ਦਿੱਤਾ ਫਿਰ ਪੁਕਾਤੀ ਗੁਰੂ ਸ਼ਿਖ ਨੇ ਦੂਜਾ ਵਾਰ ਕੀਤਾ ਜਿਸ ਦੇ ਨਾਲ ਅਜਗਰ ਫਰਸ਼ ਵਿੱਚ ਲੱਕ ਤੱਕ ਧੱਕਿਆ ਗਿਆ ਤੇ ਉਹਨੇ ਫਿਰ ਤੀਜਾ ਵਾਰ ਕੀਤਾ ਜਿਹਦੇ ਨਾਲ ਅਜਗਰ ਥਾਈ ਮਾਰਿਆ ਗਿਆ ਫਿਰ ਉਹ ਕਾਲਕੋਟੜੀ ਵੱਲ ਗਿਆ ਉਡੁੰਗੀ ਤੇ ਹਨੇਰੀ ਸੀ ਉਹਨੇ ਆਪਣੇ ਭਰਾਵਾਂ ਨੂੰ ਛੁੱਡਾ ਲਿਆ ਜਿਹੜੇ ਇੰਨੇ ਜਿਉਂਦੇ ਨਹੀਂ ਸੀ ਜਿੰਨੇ ਮੋਏ ਹੋਏ ਤੇ ਉਹਨਾਂ ਨੂੰ ਤੇ ਅਲੀਯੁਨ ਕਾ ਨੂੰ ਤੇ ਅਜਗਰ ਦੇ ਘਰ ਦਾ ਸਾਰਾ ਸੋਨਾ ਚਾਂਦੀ ਲੈ ਘਰ ਵੱਲ ਹੋ ਪਿਆ ਪਰ ਉਹਨੇ ਇੱਕ ਵਾਰੀ ਵੀ ਨਾ ਦੱਸਿਆ ਕਿ ਉਹਨਾਂ ਦਾ ਭਰਾ ਸੀ ਉਹਨਾਂ ਨੂੰ ਰਾਜ ਬਹੁਤ ਵਕਤ ਲੱਗਾ ਜਾਂ ਥੋੜਾ ਵਕਤ ਲੱਗਾ ਇਹਦੀ ਖਬਰ ਕਿਸੇ ਨੂੰ ਨਹੀਂ ਪਰ ਅਖੀਰੋ ਸ਼ਾਬਲੂਤ ਦੇ ਇੱਕ ਲਵੇ ਰੁੱਖ ਥਲੇ ਸਾਹ ਲੈਣ ਲਈ ਬਹਿ ਗਏ ਤੇ ਲੜਾਈ ਪਿੱਛੋਂ ਪੁਕਾਤੀ ਗੁਰੂਸ਼ੇ ਕਿਨਾਂ ਥੱਕਿਆ ਹੋਇਆ ਸੀ ਕਿ ਉਹਨੂੰ ਗੂੜੀ ਨੀਂਦਰ ਆ ਗਈ ਤੇ ਉਹਦੇ 6 ਭਰਾ ਉਹ ਵਿੱਚ ਸਲਾਹ ਕਰਨ ਲੱਗ ਪਏ ਤੇ ਕਹਿਣ ਲੱਗੇ ਜਦ ਲੋਕਾਂ ਨੂੰ ਪਤਾ ਲੱਗਾ ਕਿ ਅਸੀਂ 6 ਜਣੇ ਰਲ ਕੇ ਅਜਗਰ ਨੂੰ ਨਾ ਮਾਰ ਸਕੇ ਤੇ ਇਸ ਮੁੰਡੇ ਖੁੰਡੇ ਨੇ ਉਹਨੂੰ ਇਕੱਲਿਆਂ ਹੀ ਮਾਰ ਲਿਆ ਉਹ ਸਾਡੇ ਤੇ ਹੱਸਣਗੇ ਨਾਲੇ ਹੁਣ ਅਜਗਰ ਦੀ ਸਾਰੀ ਦੌਲਤ ਉਹਦੀ ਹੋ ਜਾਏਗੀ ਤੇ ਜਦੋਂ ਪੁਕਾਤੀ ਗੁਰੂਸ਼ੇ ਇੱਕ ਸੁੱਤਾ ਪਿਆ ਸੀ ਤਾਂ ਕੁਝ ਮਹਿਸੂਸ ਨਹੀਂ ਸੀ ਕਰ ਸਕਦਾ ਉਹ ਇਸ ਤਰ੍ਹਾਂ ਗੱਲਾਂ ਕਰਦੇ ਰਹੇ ਤੇ ਉਹਨਾਂ ਮਤਾ ਪਕਾਇਆ ਕਿ ਪੁਖਾਤੀ ਗੁਰੇ ਸ਼ੇਖ ਨੂੰ ਸੱਕ ਦੀਆਂ ਰस्सੀਆਂ ਨਾਲ ਸ਼ਾਹ ਬਲੂਤ ਦੇ ਦਰਖਤ ਨਾਲ ਬੰਨ੍ਹ ਦਿੱਤਾ ਜਾਏ ਤੇ ਜੰਗਲੀ ਜਨੌਰਾਂ ਦੇ ਨਿਗਾਰੇ ਜਾਣ ਲਈ ਉੱਥੇ ਛੱਡ ਦਿੱਤਾ ਜਾਏ ਕਹਿੰਦੇ ਆ ਸਾਰੇ ਉਹਨਾਂ ਕਰਨ ਦੀ ਕੀਤੀ ਤੇ ਉਹਨਾਂ ਉਹਨੂੰ ਦਰਖਤ ਨਾਲ ਬੰਨ੍ਹ ਦਿੱਤਾ ਤੇ ਉੱਥੇ ਛੱਡ ਦਿੱਤਾ ਤੇ ਆਪ ਚਲੇ ਗਏ ਇਧਰ ਪੁਕਾਤੀ ਗੁਰੂ ਸਿੱਖ ਸੁੱਤਾ ਰਿਹਾ ਉਹਨੂੰ ਕੁਝ ਵੀ ਮਹਿਸੂਸ ਨਾ ਹੋਇਆ ਉਹ ਇੱਕ ਦਿਨ ਸੁੱਤਾ ਰਿਹਾ ਤੇ ਇੱਕ ਰਾਤ ਸੁੱਤਾ ਰਿਹਾ ਫਿਰ ਜਾਗਿਆ ਵੇਖਿਆ ਉਹ ਦਰਖਤ ਨਾਲ ਵੱਜਿਆ ਸੀ ਉਹਨੇ ਇੱਕਦਮ ਝਟਕਾ ਮਾਰਿਆ ਸ਼ਾਬਲੂਤ ਨੂੰ ਜੜਾਂ ਤੋਂ ਪੁੱਟ ਲਿਆ ਤੇ ਉਹਨੂੰ ਚੁੱਕ ਕੇ ਮੋਢੇ ਤੇ ਰੱਖ ਘਰ ਚਲਾ ਗਿਆ ਉਹ ਝੁੱਗੀ ਕੋਲ ਆਇਆ ਤੇ ਉਹਨੇ ਸੁਣਿਆ ਉਹਦੇ ਭਰਾ ਆਪਣੇ ਮਾਂ ਨਾਲ ਗੱਲਾਂ ਕਰ ਰਹੇ ਸੀ ਬੇਬੇ ਕੋਈ ਹੋਰ ਬਾਲ ਵੀ ਹੋਇਆ ਸਹੀ ਉਹਨੇ ਉਹਨੂੰ ਪੁੱਛਿਆ ਤੇ ਹਾਂ ਮਾਂ ਨੇ ਜਵਾਬ ਦਿੱਤਾ ਹਾਂ ਹੋਇਆ ਕਿ ਉਹ ਨਹੀਂ ਸੀ ਇੱਕ ਹੋਰ ਮੁੰਡਾ ਆਇਆ ਸੀ ਪੁਕਾਤੀ ਗੁਰਸ਼ ਇੱਕ ਨਾਂ ਸੀ ਉਹਦਾ ਉਹ ਤੁਹਾਨੂੰ ਛਡਾਂ ਚਲਾ ਗਿਆ ਸੀ ਭਰਾਵਾਂ ਨੇ ਆਖਿਆ ਤਾਂ ਜਿਹਨੂੰ ਅਸੀਂ ਸ਼ਾਹ ਬਲੂਤੇ ਦਰਖਤ ਨਾਲ ਬੰਨਿਆ ਸੀ ਉਹ ਪੁਕਾਤੀ ਗੁਰਸ਼ ਇੱਕ ਹੀ ਹੋਣਾ ਹੈ ਚੱਲੀਏ ਉਹਨੂੰ ਖੋਲੀਏ ਜਾ ਕੇ ਪਰ ਪੁਕਾਤੀ ਗੁਰਸ਼ ਇੱਕ ਨੇ ਮੋਢੇ ਚੁੱਕੇ ਹੋਏ ਸ਼ਾਹ ਬਲੂਤ ਨੂੰ ਘੁਮਾਇਆ ਤੇ ਝੁੱਗੀ ਦੀ ਛੱਤ ਉਤੇ ਨਹੀਂ ਜ਼ੋਰ ਨਾਲ ਮਾਰਿਆ ਕਿ ਝੁੱਗੀ ਖੇਰੂ ਖੇਰੂ ਹੁੰਦੀ ਭਈ ਜਿੱਥੇ ਹੋ ਉੱਥੇ ਰੋ ਇਸ ਲਈ ਕਿ ਤੁਸੀਂ ਜੋ ਹੈ ਹੋ ਉਈਓ ਉੱਚਲ ਕੇ ਆਤੇ ਮੈਂ ਜਾਨਾਂ ਤੇ ਖੁੱਲੀ ਦੁਨੀਆ ਚ ਘੁੰਮਣਾ ਤੇ ਤਲਵਾਰ ਨੂੰ ਮੋਢੇ ਤੇ ਰੱਖੋ ਟੁਰ ਪਿਆ ਟੁਰਦਾ ਗਿਆ ਟੁਰਦਾ ਗਿਆ ਅਖੀਰ ਉਹਨੂੰ ਦੋ ਪਹਾੜ ਦੇ ਸੀ ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ ਤੇ ਉਹਨਾਂ ਵਿੱਚ ਘਾਰ ਇੱਕ ਬੰਦਾ ਖਲੋਤਾ ਸੀ ਜਿਹੜੇ ਹੱਥਾਂ ਤੇ ਪੈਰਾਂ ਨਾਲ ਉਹਨਾਂ ਨੂੰ ਧੱਕ ਰਿਆ ਸੀ ਤੇ ਇੱਕ ਦੂਜੇ ਤੋਂ ਭੜਾਂ ਕਰ ਰਿਹਾ ਸੀ ਖੈਰ ਹੋਈ ਦੋਸਤਾ ਪੁਕਾਤੀ ਕਰੇ ਸ਼ੇਕ ਨਹੀਂ ਕਿਹਾ ਤੇਰੀ ਵੀ ਖੈਰ ਹੋਏ ਕੀ ਪਿਆ ਕਰਨਾ ਰਾਹ ਬਣਾਣ ਲਈ ਪਹਾੜ ਪਰਾਂ ਕਰ ਰਹੇ ਆ ਕਿੱਧਰ ਨੂੰ ਚੜਾਈਆਂ ਨੇ ਕਿੱਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ ਮੈਂ ਵੀ ਤਾਂ ਉੱਥੇ ਜਾ ਰਿਹਾ ਨਾਂ ਕੀ ਆ ਸਵੇਰਨੇ ਗੋਰਾ ਪਹਾੜ ਹਿਲਾਉਣ ਵਾਲਾ ਤੇਰਾ ਨਾਂ ਕੀ ਪੁਗਾਤੀ ਗੁਰੇਸ਼ਿਕ ਰਿੜ ਦਾ ਮਟਰ ਚੱਲ ਇਕੱਠੇ ਚਲੀਏ ਚੱਲ ਤੋ ਇਕੱਠੇ ਚੱਲ ਪਏ ਟੁਰਦੇ ਗਏ ਟੁਰਦੇ ਗਏ ਅਖੀਰ ਜੰਗਲ ਛੋਂ ਨਾਲ ਨੂੰ ਇੱਕ ਬੰਦਾ ਮਿਲਿਆ ਸ਼ਾਬਲੂਦ ਦੇ ਦਰਖਤ ਨੂੰ ਜੜੋਂ ਪੁੱਟਣ ਲਈ ਉਹਨੂੰ ਸਿਰਫ ਆਪਣਾ ਹੱਥ ਹੀ ਹਿਲਾਉਣਾ ਪੈਂਦਾ ਸੀ ਖੈਰ ਹੋਈ ਦੋਸਤਾ ਪੁਕਾਤੀ ਗੁਰੇਸ਼ ਇੱਕ ਤੇ ਸਵੇਰਨੀ ਗੋਰਾ ਨੇ ਬੁਲਾਇਆ ਤੁਹਾਡੀ ਵੀ ਖੈਰ ਹੋਏ ਕੀ ਪਿਆ ਕਰਨਾ ਟਰਨ ਲਈ ਥਾਂ ਬਣਾਉਣ ਵਾਸਤੇ ਦਰਖਤ ਪੁੱਟ ਰਿਆ ਕਿੱਧਰ ਨੂੰ ਚੜਾਈਆਂ ਨੇ ਜਿੱਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ ਤੇ ਅਸੀਂ ਵੀ ਤਾਂ ਉੱਥੇ ਜਾ ਰਹੇ ਆ ਨਾ ਕੀ ਆ ਵੇਰਤੀ ਦੂਪ ਸ਼ਬਲੂਤ ਪੁੱਟਣ ਵਾਲਾ ਤੁਹਾਡਾ ਹੀ ਨਾ ਕੀ ਨੇ ਪੁਕਾਤੀ ਗੁਰੇਸ਼ ਰੇੜ ਦਾ ਮਟਰ ਤੇ ਸਵੇਰਨੀ ਗੋਰਾ ਪਹਾੜ ਹਿਲਾਉਣ ਵਾਲਾ ਚਲ ਇਕੱਠੇ ਚਲੀਏ ਚਲੋ ਤੇ ਉਹ ਤਿੰਨੇ ਇਕੱਠੇ ਚੱਲ ਪਏ ਟੁਰਦੇ ਗਏ ਟੁਰਦੇ ਗਏ ਅਖੀਰ ਉਹਨਾਂ ਨੂੰ ਇੱਕ ਬੰਦਾ ਦਿਸਿਆ ਜਿਹਦੀਆਂ ਮੁੱਛਾਂ ਲੰਮੀਆਂ ਤੇ ਲੰਮੀਆਂ ਸੀ ਉਹ ਦਰਿਆ ਤੇ ਖਲੁੱਤਾ ਸੀ ਤੇ ਉਹਦੇ ਇੱਕ ਮੁੱਛ ਨੂੰ ਵੱਟ ਦੇਣ ਨਾਲ ਪਾਣੀ ਚੀਰਿਆ ਜਾਂਦਾ ਸੀ ਤੇ ਪਰਾਂ ਵਹਿ ਜਾਂਦਾ ਸੀ ਤੇ ਦਰਿਆ ਦੀ ਸੁੱਕੀ ਤਹਿ ਤੇ ਟੁਰ ਕੇ ਲੰਘਣ ਲਈ ਰਾਹ ਬਣ ਜਾਂਦਾ ਸੀ ਖੈਰ ਹੋਈ ਦੋਸਤਾਂ ਉਹਨਾਂ ਨੂੰ ਬੁਲਾਇਆ ਤੁਹਾਡੀ ਵੀ ਖੈਰ ਹੋਵੇ ਕੀ ਪਿਆ ਕਰਨਾ ਹੈ ਦਰਿਆ ਪਾਰ ਕਰਨ ਲਈ ਪਾਣੀ ਚੀਰਿਆ ਕਿੱਧਰ ਨੂੰ ਚੜਾਈਆਂ ਨੇ ਜਿੱਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ ਅਸੀਂ ਵੀ ਤਾਂ ਉੱਥੇ ਜਾ ਰਹੇ ਨਾਂ ਕੀ ਆ ਕ੍ਰੁੱਤੀ ਉਸ ਮੁੱਛਾਂ ਨੂੰ ਵਟ ਦੇਣ ਵਾਲਾ ਤੇ ਤੁਹਾਡੇ ਨਾਂ ਕੀ ਨੇ ਪੁਕਾਤੀ ਗੋਰਿਸ਼ ਰਿੜਦਾ ਮੱਟਰ ਸਵੈਰਨੀ ਗੋਰਾ ਪਹਾੜ ਹਿਲਾਉਣ ਵਾਲਾ ਤੇ ਵੇਰਤੀ ਧੂਪ ਸ਼ਾ ਬਲੂਤ ਪਟਣ ਵਾਲਾ ਆ ਇਕੱਠੇ ਚਲੀਏ ਚਲੋ ਤੇ ਇਕੱਠੇ ਚੱਲ ਪਏ ਤੇ ਇਕੱਠੇ ਜਾਣਾ ਬੜਾ ਹੀ ਸੌਖਾ ਲੱਗਾ ਕਿਉਂ ਜੋ ਸਵੇਰਨੀ ਗੋਰਾ ਹਰ ਪਹਾੜ ਨੂੰ ਪਰਾਂ ਕਰ ਦਿੰਦਾ ਵੇਰਤੀ ਦੂਭ ਹਰ ਜੰਗਲ ਜੜੋਂ ਫੁੱਟ ਸੁੱਟਦਾ ਤੇ ਕ੍ਰੂਤੀ ਉਸ ਰਾ ਚ ਪੈਂਦੇ ਹਰ ਦਰਿਆ ਦਾ ਪਾਣੀ ਚੀਰ ਦਿੰਦਾ ਟੁਰਦਿਆਂ ਟੁਰਦਿਆਂ ਇੱਕ ਬਹੁਤ ਵੱਡੇ ਜੰਗਲ ਚ ਆਵੜੇ ਤੇ ਉੱਥੇ ਉਹਨਾਂ ਨੂੰ ਇੱਕ ਨਿੱਕੀ ਜੀ ਝੁੱਗੀ ਦਿਸੀ ਉਹਨਰ ਗਏ ਤੇ ਉਹਨਾਂ ਤੱਕੇ ਆ ਕੇ ਝੁੱਗੀ ਖਾਲੀ ਸੀ ਅਸੀਂ ਰਾਤ ਇਸ ਝੁੱਗੀ 'ਚ ਕੱਟ ਸਕਨੇ ਆ ਪੁਕਾਤੀ ਗੁਰੇ ਸ਼ੇਖ ਨੇ ਗਿਆ ਤੇ ਉਹਨਾਂ ਰਾਤ ਝੁੱਗੀ 'ਚ ਗੁਜ਼ਾਰੀ ਤੇ ਅਗਲੀ ਸਵੇਰੇ ਪੁਕਾਤੀ ਗੁਰੇ ਸ਼ੇਖ ਨੇ ਗਿਆ ਸਵੇਰਨੀ ਗੋਰਾ ਤੂੰ ਘਰ ਰੋ ਸਾਡੀ ਰੋਟੀ ਬਣਾ ਤੇ ਅਸੀਂ ਤੈਨੂੰ ਸ਼ਿਕਾਰ ਲਈ ਜਾਂਦੇ ਆ ਤੇ ਚਲੇ ਗਏ ਤੇ ਸਵੇਰਨੀ ਗੋਰਾ ਨੇ ਕਿੰਨੀਆਂ ਸਾਰੀਆਂ ਚੀਜ਼ਾਂ ਉਬਾਲੀਆਂ ਭੁੰਨੀਆਂ ਝਾੜੀਆਂ ਤੇ ਫਿਰ ਸੌਣ ਲਈ ਲੰਮਾ ਪੈ ਗਿਆ ਚਾਂ ਚੱਕੀ ਬੂਏ ਤੇ ਖੜਾਕ ਹੋਇਆ ਬੂਹਾ ਖੋਲ ਕਿਸੇ ਆਵਾਜ਼ ਦਿੱਤੀ ਕਿੱਥੋਂ ਆਇਆ ਬੋਲ ਅੱਪੇ ਪਿਆ ਖੋਲ ਸਵੇਰਨੀ ਗੋਰਾ ਨੇ ਪਰ ਤਵਾ ਜਵਾਬ ਦਿੱਤਾ ਬੂਹਾ ਖੁੱਲ ਗਿਆ ਤੇ ਉਹ ਇਹ ਆਵਾਜ਼ ਫੇਰ ਚਿਲਕੀ ਮੈਨੂੰ ਦੈਲੀਜ਼ ਭਾਰ ਕਰਾ ਤੈਨੂੰ ਪਤਾ ਨਸਾਰ ਮੈਂ ਅੱਪੇ ਅੱਪੇ ਕਰਪਿਆ ਪਾਰ ਸਵੇਰਨੀ ਗੋਰਾ ਨੇ ਜਵਾਬ ਦਿੱਤਾ ਤੇ ਚੰਚਾ ਕਿ ਕਦੋਂ ਐਡੇ ਛੋਟੇ ਬੁੱਢੇ ਆਦਮੀ ਨੇ ਦਹਲੂਜ਼ ਪਾਰ ਕੀਤੀ ਜਿੱਡਾ ਛੋਟਾ ਆਦਮੀ ਕਦੀ ਕਿਸੇ ਨੇ ਨਹੀਂ ਸੀ ਵੇਖਿਆ ਉਹਦੀ ਦਾੜ੍ਹੀ ਇੰਨੀ ਲੰਮੀ ਸੀ ਕਿ ਉਹਨੇ ਜ਼ਮੀਨ ਉੱਤੇ ਪੂਰੇ 5 ਫੁੱਟ ਮੱਲੇ ਹੋਏ ਸਨ ਛੋਟੇ ਕੱਦ ਵਾਲੇ ਬੁੱਢੇ ਨੇ ਸਵੇਰਨੀ ਗੋਰਾ ਨੂੰ ਛੱਤਿਆਂ ਤੋਂ ਫੜ ਲਿਆ ਤੇ ਉਹਨੂੰ ਕੰਧ ਉੱਤੇ ਠੁਕੇ ਇੱਕ ਕਿੱਲ ਨਾਲ ਟੰਗ ਦਿੱਤਾ ਤੇ ਫੇਰ ਉਹਨੇ ਸਾਰਾ ਜੋ ਕੁਝ ਖਾਣ ਵਾਲਾ ਸੀ ਖਾ ਲਿਆ ਤੇ ਸਾਰਾ ਜੋ ਕੁਝ ਪੀਣ ਵਾਲਾ ਸੀ ਪੀ ਲਿਆ ਤੇ ਸਵੇਰਨੀ ਗੋਰਾ ਦੀ ਪਿੱਠ ਤੋਂ ਮਾਸ ਦੀ ਕਲੰਮੀ ਸਾਰੀ ਲੜਫਲਾ ਚਲਾ ਗਿਆ ਸਵੇਰਨੀ ਗੋਰਾ ਕਿਲ ਨਾਲ ਵੱਟ ਤੇ ਮਰੋੜੇ ਖਾਂਦਾ ਗਿਆ ਜਿੰਨਾ ਚਿਰ ਉਹਨੇ ਆਪਣੇ ਆਪ ਨੂੰ ਛੁਡਾ ਨਾ ਲਿਆ ਭਾਵੇਂ ਇਸ ਤਰ੍ਹਾਂ ਕਰਦੇ ਆ ਉਹਦੀ ਇੱਕ ਲਿੱਟ ਪੁੱਟੀ ਗਈ ਫਿਰ ਉਹ ਨਵੇਂ ਸਿਰੋਂ ਰੋਟੀ ਪਕਾਉਣ ਵਿੱਚ ਜੁਟ ਗਿਆ ਤੇ ਜਦੋਂ ਉਹਦੇ ਦੋਸਤ ਪਰਤੇ ਉਹ ਜੇ ਵੀ ਉਹਦੇ ਚ ਰੁੱਝਾ ਆ ਸੀ ਰੋਟੀ ਪਕਾਉਂਦਿਆਂ ਚਿਰਕ ਕਿਉਂ ਗਈ ਆ ਉਹਨਾਂ ਵਰਨਾ ਹਰਾਨ ਨੂੰ ਪੁੱਛਿਆ ਮੈਨੂੰ ਉងਾ ਗਈ ਸੀ ਤੇ ਚਿਤ ਚੇਤਾ ਹੀ ਨਹੀਂ ਸੀ ਰਿਹਾ ਸਵੇਰ ਨਹੀਂ ਗੋਰਾ ਨੇ ਜਵਾਬ ਦਿੱਤਾ ਉਹਨਾਂ ਢਿੱਡ ਭਰ ਕੇ ਖਾਦਾ ਪੀਤਾ ਸੌਂ ਗਿਆ ਤੇ ਅਗਲੀ ਸਵੇਰੇ ਪੁਕਾਤੀ ਗੁਰੇ ਸ਼ੇਖ ਨੇ ਆਖਿਆ ਵੇਰਤੀ ਦੂਪ ਹੁਣ ਤੂੰ ਘਰ ਰਹੁ ਤੇ ਬਾਕੀ ਦੇ ਅਸੀਂ ਸ਼ਿਕਾਰ ਖੇਡਣ ਜਾਂਦੇ ਹਾਂ ਚਲੇ ਗਏ ਤੇ ਵੇਰਤੀ ਦੂਪ ਨੇ ਕੰਨੀਆਂ ਸਾਰੀਆਂ ਚੀਜ਼ਾਂ ਉਬਾਲੀਆਂ ਭੁੰਨੀਆਂ ਝਾੜੀਆਂ ਤੇ ਫਿਰ ਸੌਣ ਲਈ ਲੰਮਾ ਪੈ ਗਿਆ ਚੰਨ ਚੱਕ ਕੇ ਬੂਏ ਤੇ ਖੜਾ ਕੋਇਆ ਬੂਆ ਖੋਲ ਕਿਸੇ ਆਵਾਜ਼ ਦਿੱਤੀ ਕਿੱਥੋਂ ਆਇਆ ਬੋਲ ਆਪੇ ਪਿਆ ਖੋਲ ਵੇਰਤੀ ਦੂਬ ਨੇ ਪਰ ਤੂੰ ਜਵਾਬ ਦਿੱਤਾ ਮੈਨੂੰ ਦਲੀਜ਼ 'ਤੇ ਆਰਕਰ ਆਈ ਆਵਾਜ਼ ਫੇਰ ਚਿਲਕੀ ਤੈਨੂੰ ਪਤਾ ਨਾ ਸਾਰ ਆਪੇ ਕਰ ਵਪਾਰ ਵੇਰਤੀ ਦੂਬ ਨੇ ਜਵਾਬ ਦਿੱਤਾ ਤੇ ਵੇਖੋ ਝੁੱਗੀ 'ਚ ਇੱਕ ਕਦੋਂ ਐਡਾ ਛੋਟਾ ਬੁੱਢਾ ਆਦਮੀ ਚੜ ਆਇਆ ਜਿੱਡਾ ਛੋਟਾ ਆਦਮੀ ਕਦੀ ਕਿਸੇ ਨੇ ਨਹੀਂ ਸੀ ਵੇਖਿਆ ਉਹਦੀ ਦਾੜੀ ਇੰਨੀ ਲੰਮੀ ਸੀ ਕਿ ਉਹਨੇ ਜ਼ਮੀਨ 'ਤੇ ਪੂਰੇ 5 ਫੁੱਟ ਮੱਲੇ ਸੀ ਉਹਨੇ ਵੇਰਤੀ ਦੂਬ ਨੂੰ ਛੱਤਿਆਂ ਤੋਂ ਫੜ ਲਿਆ ਉਹਨੂੰ ਕੰਧ ਉੱਤੇ ਠੁਕੇ ਇੱਕ ਕਿੱਲ ਨਾਲ ਟੰਗ ਦਿੱਤਾ ਤੇ ਫੇਰ ਉਹਨੇ ਸਾਰਾ ਜੋ ਕੁਝ ਖਾਣ ਵਾਲਾ ਸੀ ਖਾ ਲਿਆ ਤੇ ਸਾਰਾ ਜੋ ਕੁਝ ਪੀਣ ਵਾਲਾ ਸੀ ਪੀ ਲਿਆ ਤੇ ਵੇਰਤੀ ਦੂਬ ਦੀ ਪਿੱਟ ਤੋਂ ਮਾਸ ਦੀ ਇੱਕ ਲੰਮੀ ਸਾਰੀ ਲਣਫਲਾ ਚਲਾ ਗਿਆ ਵੇਰਤੀ ਦੂਬ ਨੇ ਦਰਉਦਰ ਵੱਟ ਤੇ ਮਰੋੜੇ ਖਾਦੇ ਤੇ ਇੰਜ ਤੜਫਦਾ ਰਿਹਾ ਜਿਵੇਂ ਪਾਣੀ ਬਿਨਾ ਮੱਛੀ ਤੜਪਦੀ ਹੈ ਤੇ ਅਖੀਰ ਉਹ ਆਪਣੇ ਆਪ ਨੂੰ ਛੁਡਾਣ ਤੇ ਭੁੰਜੇ ਆ ਪੈਣ 'ਚ ਸਫਲ ਹੋ ਗਿਆ ਤੇ ਇੱਕਦਮ ਹੀ ਰੋਟੀ ਨਵੇਂ ਸਿਰੋਂ ਪਕਾਣ 'ਚ ਜੁਟ ਗਿਆ ਉਹਦੇ ਦੋਸਤ ਆਏ ਹੈਰਾਨ ਰਹਿ ਗਏ ਰੋਟੀ ਪਕਾਉਂਦੀ ਆ ਨੀ ਚਿਰਖ ਕਿਉਂ ਗਈ ਆ ਮੈਨੂੰ ਜ਼ਰੂਰ ਉਹ ਆ ਗਈ ਹੋएगी ਉਹਨੇ ਆਖਿਆ ਪਰ ਸਵੇਰ ਨਹੀਂ ਗੋਰਾ ਕੁਛ ਨਾ ਬੋਲਿਆ ਕਿਉਂਕਿ ਉਹਨੂੰ ਸੱਚੀ ਗੱਲ ਦਾ ਪਤਾ ਸੀ ਤੀਜੇ ਦਿਨ ਘਰ ਰਹਿਣ ਵਾਲਾ ਕ੍ਰੂਤੀ ਉਸੇ ਤੇ ਉਹਦੇ ਨਾਲ ਵੀ ਉਹ ਜੋਗੂ ਜੀ ਬੀਤਿਆ ਫੁਕਾਤੀ ਗੁਰੂ ਸ਼ੇਖ ਨੇ ਆਖਿਆ ਤੁਸੀਂ ਸਾਰੇ ਤੇ ਸਾਰੇ ਰੋਟੀ ਪਕਾਉਣ ਚ ਬੜੇ ਜਿੱਲ੍ਹੇ ਹੋ ਪਰ ਕੋਈ ਗੱਲ ਨਹੀਂ ਕੱਲ ਤੁਸੀਂ ਸ਼ਿਕਾਰ ਤੇ ਜਾਣਾ ਤੇ ਮੈਂ ਘਰ ਰਹਾਗਾ ਤੇ ਉਹਨਾਂ ਐਨ ਉਹ ਹੀ ਕੀਤਾ ਅਗਲੀ ਸਵੇਰ ਉਹਦੇ ਤਿੰਨ ਦੋਸਤ ਸ਼ਿਕਾਰ ਖੇਡਣ ਚਲੇ ਗਏ ਤੇ ਪੁਕਾਤੀ ਗੁਰਸ਼ੇ ਕਰਪ ਰਿਆ ਉਹਨੇ ਕਿੰਨੀਆਂ ਚੀਜ਼ਾਂ ਉਬਾਲੀਆਂ ਭੁੰਨੀਆਂ ਪਕਾਈਆਂ ਤੇ ਫਿਰ ਉਹ ਸੌਣ ਲਈ ਲੰਮਾ ਪੈ ਗਿਆ ਬੂਆ ਖੋਲ ਕਿਸਨੇ ਆਵਾਜ਼ ਦਿੱਤੀ ਠਹਿਰ ਜਾ ਆਉਣਾ ਪਿਆ ਪੁਕਾਤੀ ਗੁਰਸ਼ਕ ਨੇ ਜਵਾਬ ਉਹਨੇ ਬੂਆ ਖੋਲਿਆ ਉਹਦੇ ਸਾਹਮਣੇ ਕਦੋਂ ਇੱਡਾ ਛੋਟਾ ਇੱਕ ਬੁੱਢਾ ਆਦਮੀ ਖੜਾ ਸੀ ਜਿੱਡਾ ਛੋਟਾ ਕਦੀ ਕੋਈ ਹੋਇਆ ਹੋਣਾ ਉਦੀ ਦਾੜੀ ਨਹੀਂ ਲੰਮੀ ਸੀ ਕਿਉਂ ਨਹੀਂ ਜ਼ਮੀਨ ਉੱਤੇ ਪੂਰੇ 5 ਫੁੱਟ ਮੱਲੇ ਹੋਏ ਸਨ ਮੈਨੂੰ ਦਹਲੀਜ਼ ਪਾਰ ਕਰਾ ਛੋਟੇ ਕੱਦ ਵਾਲੇ ਬੁੱਢੜੇ ਨੇ ਗਿਆ ਪੁਕਾਦੀ ਘਰ ਦੇ ਸ਼ੇਖ ਨੇ ਬੁੱਢੜੇ ਨੂੰ ਝੁਕ ਲਿਆ ਤੇ ਉਹਨੂੰ ਝੁੱਗੀ 'ਚ ਲੈ ਆਇਆ ਬੁੱਢਾ ਉਹਨੂੰ ਡੁੱਡ ਪੈਂਦਾ ਰਿਹਾ ਚਾਹੀਦਾ ਕੀ ਪੁਕਾਦੀ ਘਰ ਦੇ ਸ਼ੇਖ ਨੇ ਪੁੱਛਿਆ ਛੇਤੀ ਪਤਾ ਲੱਗ ਜਾਏਗਾ ਮੈਨੂੰ ਕੀ ਚਾਹੀਦਾ ਛੋਟੇ ਕੱਦ ਵਾਲੇ ਬੁੱਢੜੇ ਨੇ ਕਿਹਾ ਤੇ ਉਹ ਪੁਕਾਦੀ ਘਰ ਦੇ ਸ਼ੇਖ ਦੇ ਛੱਤਿਆਂ 'ਵਲ ਹੱਥ ਵਧਾਉਂਦੇ ਉਹਨੂੰ ਪਕੜਨੇ ਲੱਗਾ ਸੀ ਕਿ ਪੁਕਾਤੀ ਗੁਰਸ਼ੇਖ ਖੜਕ ਪਿਆ ਅੱਛਾ ਇਸ ਕਿਸਮ ਦਾਇ ਤੂੰ ਤੇ ਉਹਨੇ ਉਹਦੀ ਉਹਨੂੰ ਉਹਦੀ ਦਾੜੀਆਂ ਫੜ ਲਿਆ ਫਿਰ ਕੋਹਾੜਾ ਫਾੜੋ ਛੋਟਾ ਕੱਦ ਵਾਲੇ ਬੁੱਢੇ ਨੂੰ ਸ਼ਾਹ ਬਲੂਦ ਦੇ ਇੱਕ ਦਰਖਤ ਕੋਲ ਧੂ ਲਿਆ ਉਹਨੇ ਸ਼ਾਹ ਬਲੂਦ ਦੇ ਦਰਖਤ ਨੂੰ ਦੋ ਫਾੜ ਕੀਤਾ ਛੋਟੇ ਕੱਦ ਵਾਲੇ ਬੁੱਢੇ ਦੀ ਦਾੜੀ ਨੂੰ ਚੀਰ ਵਿੱਚ ਇਸ ਤਰ੍ਹਾਂ ਘਸੋੜ ਦਿੱਤਾ ਕਿ ਉਹ ਉਹਦੇ ਵਿੱਚ ਚੰਗੀ ਤਰ੍ਹਾਂ ਫਸ ਗਈ ਕਿਉਂਕਿ ਤੂੰ ਇੰਨਾ ਕਮੀਨਾ ਨਿਕਲਿਆ ਹੈ ਕਿ ਤੂੰ ਮੈਨੂੰ ਵਾਲਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਛੋਟੇ ਕੱਦ ਵਾਲੇ ਬੁੱਢੜੇ ਨੂੰ ਆਖਿਆ ਇਸ ਲਈ ਜਿੰਨਾ ਚਿਰ ਮੈਂ ਵਾਪਸ ਨਹੀਂ ਆਉਂਦਾ ਤੂੰ ਇੱਥੇ ਬੈਠੇਗਾ ਉਹ ਝੁੱਗੀ ਨੂੰ ਪਰਤ ਆਇਆ ਉੱਥੇ ਉਹਨੇ ਉਹਦੇ ਦੋਸਤ ਸ਼ਿਕਾਰ ਤੋਂ ਵਾਪਸ ਪਹੁੰਚੇ ਹੋਏ ਸੀ ਰੋਟੀ ਤਿਆਰ ਹੈ ਉਹਨਾਂ ਪੁੱਛਿਆ ਆਹੋ ਕਿੰਨੇ ਚਿਰ ਤੋਂ ਤਿਆਰ ਪਈਏ ਫੁਕਾਤੀ ਗੁਰੂ ਸ਼ੇਖ ਨੇ ਜਵਾਬ ਦਿੱਤਾ ਉਹਨੇ ਰੋਟੀ ਖਾਧੀ ਫੁਕਾਤੀ ਗੁਰੂ ਸ਼ੇਖ ਨੇ ਆਖਿਆ ਮੇਰੇ ਨਾਲ ਆਓ ਤੇ ਮੈਂ ਤੁਹਾਨੂੰ ਐਡੀ ਕਮਾਲ ਦੀ ਚੱਕੀ ਵਿਖਾਨਾਂ ਜਿੰਨੀ ਕਦੀ ਤੁਸੀਂ ਕਦੀ ਵੇਖੀ ਨਹੀਂ ਹੋਣੀ ਉਹਨਾਂ ਨੂੰ ਸ਼ਾਬਲੂਦ ਦੇ ਦਰਖਤ ਵੱਲ ਲੈ ਗਿਆ ਪਰ ਵੇਖੋ ਉਥੇ ਸ਼ਾਬਲੂਦ ਦੇ ਦਰਖਤ ਦਾ ਨਾਂ ਨਿਸ਼ਾਨੀ ਨਹੀਂ ਸੀ ਤੇ ਨਾ ਹੀ ਛੋਟੇ ਕੱਦ ਵਾਲੇ ਬੁੱਢੜੇ ਦਾ ਇਸ ਲਈ ਕਿ ਛੋਟੇ ਕੱਦ ਵਾਲੇ ਬੁੱਢੜੇ ਨੇ ਸ਼ਾਬਲੂਦ ਨੂੰ ਜੜੋਂ ਪੁੱਟ ਲਿਆ ਹੋਇਆ ਸੀ ਤੇ ਉਹਨੇ ਆਪਣੇ ਨਾਲ ਹੀ ਧਰੇਕ ਕੇ ਲੈ ਗਿਆ ਸੀ ਤੇ ਫਿਰ ਪੁਕਾਤੀ ਗੁਰਸ਼ਿਕ ਨੇ ਆਪਣੇ ਦੋਸਤਾਂ ਨੂੰ ਸਾਰਾ ਕੁਝ ਦੱਸਿਆ ਜੋ ਉਹਦੇ ਨਾਲ ਹੋਇਆ ਸੀ ਪਰਿਵਾਰੀ ਉਹਨਾਂ ਨੇ ਮੰਨਿਆ ਕਿ ਬੁੱਢੇ ਨੇ ਉਹਨਾਂ ਨੂੰ ਫਟਛਤਿਆ ਤੇ ਟੰਗ ਦਿੱਤਾ ਸੀ ਤੇ ਉਹਨਾਂ ਦੀਆਂ ਪਿੱਠਾਂ ਤੋਂ ਮਾਸ ਦੀਆਂ ਲੜਫਾਂ ਲਾਈਆਂ ਸੀ ਤੇ ਜੇ ਇਸ ਕਿਸਮ ਦਾ ਇਹ ਉਹ ਪੁਕਾਤੀ ਗੁਰੂ ਸਿੱਖਣ ਗਿਆ ਤਾਂ ਸਾਨੂੰ ਚਾਹੀਦਾ ਜਾਈਏ ਤੇ ਲੱਭੀਏ ਉਹਨੂੰ ਤੇ ਛੋਟੇ ਕੱਦ ਵਾਲਾ ਬੁੱਢੜਾ ਜ਼ਮੀਨ ਉੱਤੇ ਜਿੱਥੇ ਉਹਨੇ ਸ਼ਾਬਲੂ ਦਾ ਦਰਖਤ ਤਰੀਕਿਆ ਸੀ ਨਿਸ਼ਾਨ ਛੱਡ ਗਿਆ ਹੋਇਆ ਸੀ ਤੇ ਚਾਰੇ ਦੋਸਤ ਉਸ ਨਿਸ਼ਾਨ ਦੇ ਨਾਲ ਨਾਲ ਹੋ ਗਏ ਟੁਰਦੇ ਗਏ ਆਖਰ ਜ਼ਮੀਨ 'ਚ ਪਏ ਹੋਏ ਇੱਡੇ ਢੁੰਗੇ ਟੋਏ ਕੋਲ ਜਾ ਪੁੱਜੇ ਕਿ ਉਹਦੀ ਤੈ ਹੀ ਨਹੀਂ ਸੀ ਦਿਸਦੀ ਸਵੇਰ ਨੀ ਗੋਰਾ ਉੱਤਰਖੰਡ ਗੋਰੀ ਚ ਪੁਕਾਤੀ ਗੁਰੂ ਸ਼ੇਖ ਨੇ ਕਿਹਾ ਨਹੀਂ ਮੈਂ ਨਹੀਂ ਉਤਰਾਂਗਾ ਤਵ ਰੇਤੀ ਤੂੰ ਚਾਹ ਉਤਰ ਪਰ ਨਾ ਬਰੇਤੀ ਦੂ ਹੀ ਮੰਨਿਆ ਤੇ ਨਾ ਕਰੂ ਕਰੂਤੀ ਉਸਦੀ ਠੀਕ ਹੈ ਫਿਰ ਮੈਂ ਆਪ ਉਤਰਨਾ ਪੁਕਾਤੀ ਗੁਰੂ ਸ਼ੇਖ ਨੇ ਕਿਹਾ ਆਓ ਇੱਕ ਰੱਸੀ ਵਟ ਲਈਏ ਉਹਨੇ ਇੱਕ ਰੱਸੀ ਵੱਟੀ ਪੁਕਾਤੀ ਗੁਰੂ ਸ਼ੇਖ ਨੇ ਇੱਕ ਸਿਰ ਆਪਣੇ ਹੱਥ ਦੁਆਲੇ ਬਲੇਟ ਲਿਆ ਮੈਨੂੰ ਲਮਕਾ ਦੇ ਹੋਣ ਉਹਨੇ ਕਿਹਾ ਉਹਨੂੰ ਲਮਕਾਣ ਲੱਗ ਪਏ ਤੇ ਉਹਨਾਂ ਨੂੰ ਬੜਾ ਹੀ ਚਿਰ ਲੱਗਾ ਇਸ ਲਈ ਕਿ ਟੋਇਆ ਇੰਨਾ ਡੂੰਘਾ ਸੀ ਕਿ ਉਹਦੀ ਤਹਿ ਤੇ ਪਹੁੰਚਣਾ ਪਤਾਲ ਪਹੁੰਚਣ ਦੇ ਬਰਾਬਰ ਸੀ ਪਰ ਅਖੀਰ ਉਹਨਾਂ ਉਹਨੂੰ ਟਿਕਾ ਦਿੱਤਾ ਤੇ ਉਹ ਕਾਤੀ ਗੁਰੇਸ਼ੇ ਕੇ ਦਰਦਰ ਤੁਰੰਤੇ ਆਪਣੇ ਚੌਂ ਪਾਸੇ ਵੇਖਣ ਲੱਗ ਪਿਆ ਤੇ ਅਖੀਰ ਉਹਨੂੰ ਇੱਕ ਬਹੁਤ ਵੱਡਾ ਮਹਿਲ ਦਿਸਿਆ ਉਹਨੇ ਮਹਿਲ 'ਚ ਪੈਰ ਧਰਿਆ ਤੇ ਉੱਥੇ ਹਰ ਚੀਜ਼ ਲਿਸ਼ਕਾਂ ਤੇ ਡਲਕਾਂ ਮਾਰ ਰਹੀ ਸੀ ਕਿਉਂਕਿ ਸਾਰੇ ਦਾ ਸਾਰਾ ਸੋਨੇ ਤੇ ਹੀਰੇ ਜਵਾਰਾਂ ਦਾ ਬਣਿਆ ਸੀ ਉਹ ਕਮਰਿਆਂ ਕਮਰੀ ਹੁੰਦਾ ਗਿਆ ਚੰਚਾ ਕਿ ਉਹਦੇ ਵਾਲੀ ਇੱਕ ਸ਼ਹਿਜ਼ਾਦੀ ਭੱਜੀ ਆਈ ਉਹ ਇੰਨੀ ਸੋਹਣੀ ਸੀ ਕੋਈ ਕਲਮ ਉਹਦਾ ਬਿਆਨ ਨਹੀਂ ਕਰ ਸਕਦੀ ਤੇ ਕੋਈ ਗਲਾ ਉਹਦੀ ਸਿਫਤਾਂ ਨਾਲ ਗਾ ਨਹੀਂ ਸਕਦਾ ਹਾਈ ਭਲੇ ਨੌਜਵਾਨਾ ਇੱਥੇ ਕਿਉਂ ਆਇਆ ਸ਼ਹਿਜ਼ਾਦੀ ਨੇ ਪੁੱਛਿਆ ਮੈਂ ਲੰਮੀ ਸੰਗਣੀ ਦਾੜੀ ਵਾਲੇ ਇੱਕ ਨਿੱਕ ਮੁਕੇ ਮੁਨਿੱਕੇ ਬੁੱਢੜੇ ਨੂੰ ਲੱਭ ਰਿਹਾ ਪੁਕਾਤੀ ਗੁਰਸ਼ੇਖ ਨੇ ਜਵਾਬ ਦਿੱਤਾ ਉਹੀ ਉਹ ਬੋਲੀ ਛੋਟੇ ਕੱਦ ਵਾਲਾ ਬੁੱਢਾ ਸ਼ਾਬਲੂ ਦੇ ਦਰਖਤ 'ਚ ਆਪਣੀ ਦਾੜੀ ਕੱਢਣ ਲੱਗਾ ਹੋਇਆ ਹੈ। ਉਹਦੇ ਵੱਲ ਨਾ ਜਾਇਂ, ਮਾਰ ਦਈਗਾ। ਉਹਨੇ ਬੜੇ ਬੰਦੇ ਮਾਰੇ ਨੇ ਤੇ ਮੈਨੂੰ ਨਹੀਂ ਮਾਰ ਸਕਣ ਲੱਗਾ। ਫਕੀਰ ਤੇ ਗੁਰੂ ਸ਼ੇਖ ਨੇ ਕਿਹਾ, ਮੈਂ ਹੀ ਸੀ ਜੀ ਨੇ ਉਹਦੀ ਦਾੜੀ ਫਸਾਈ ਸੀ। ਪਰ ਤੂੰ ਕੋਣ ਇੱਥੇ ਕੀ ਕਰ ਰਹੀ ਹੈਂ? ਮੈਂ ਸ਼ਹਿਜ਼ਾਦਿਆਂ ਤੇ ਛੋਟੇ ਕੱਦ ਵਾਲਾ ਬੁੱਢਾ ਮੈਨੂੰ ਮੇਰੇ ਘਰੋਂ ਝੁੱਕ ਲਿਆਇਆ ਹੋਇਆ ਹੈ ਤੇ ਮੈਨੂੰ ਕੈਦੀ ਬਣਾ ਕੇ ਰੱਖਿਆ ਹੋਇਆ ਸੂ। ਡਰ ਨਾ, ਮੈਂ ਤੈਨੂੰ ਛੁਡਾ ਦੇਵਾਂਗਾ ਤੇ ਮੈਨੂੰ ਹੁਣ ਉਹਦੇ ਵੱਲ ਐ ਚੱਲ। ਉਹਨੂੰ ਛੋਟੇ ਕੱਦ ਵਾਲੇ ਬੁੱਢੇ ਆਦਮੀ ਵੱਲ ਲੱਗੇ ਤੇ ਪੁਕਾਤੀ ਗੁਰੂ ਸ਼ੇਖ ਨੇ ਵੇਖਿਆ ਤੱਕਿਆ ਕਿ ਸ਼ਹਿਜ਼ਾਦੀ ਨੇ ਸੱਚ ਹੀ ਕਿਹਾ ਸੀ ਕਿ ਉਹਨੂੰ ਛੋਟੇ ਕੱਦ ਵਾਲਾ ਬੁੱਢੜਾ ਉੱਥੇ ਬੈਠਾ ਸੀ ਪਰ ਉਦੋਂ ਤੱਕ ਉਹਨੇ ਆਪਣੀ ਦਾੜੀ ਸ਼ਾ ਬਲੂਦ ਦੇ ਦਰਖਤਾਂ ਚੋਂ ਕੱਢ ਲਈ ਸੀ ਪੁਕਾਤੀ ਗੁਰੂ ਸ਼ੇਖ ਨੂੰ ਵੇਖ ਗੁੱਸੇ ਨਾਲ ਚਿੱਲ ਗਿਆ ਕੀ ਕਰਨ ਆਇਆ ਲੜਾਈ ਕਰਨ ਲਈ ਜਾਂ ਸੁਲਾ ਕਰਨ ਲਈ ਮੈਨੂੰ ਤੇਰੇ ਨਾਲ ਸੁਲਾ ਨਹੀਂ ਚਾਹੀਦੀ ਪੁਕਾਤੀ ਗੁਰੂ ਸ਼ੇਖ ਨੇ ਕਿਹਾ ਆ ਲੜਾਈ ਲੜੀਏ ਫਿਰ ਹੁਣਾਂ ਤਲਵਾਰਾਂ ਟਕਰਾਈਆਂ ਡਾਡੀ ਤੁੰਦੀ ਨਾਲ ਤੇ ਕਿੰਨਾ ਹੀ ਚੇਰ ਲੜਦੇ ਗਏ ਤੇ ਅਖੀਰ ਪੁਕਾਤੀ ਗੁਰੂ ਸ਼ੇਖ ਦੀ ਕੁਵਾਰ ਨਾਲ ਛੋਟੇ ਕਦ ਵਾਲਾ ਬੁੱਢਾ ਛੀਰਿਆ ਗਿਆ ਮਾਰ ਕੇ ਡਿੱਗ ਪਿਆ ਪੁਕਾਤੀ ਗੁਰੂ ਸ਼ੇਖ ਤੇ ਸ਼ੇਜ਼ਾਦੀ ਨੇ ਸਾਰਾ ਸੋਨਾ ਹੀਰੇ ਜਵਾਰ ਚੁੱਕ ਲਏ ਇਸ ਖਜ਼ਾਨੇ ਨਾਲ ਤਿੰਨ ਬੂਰੀਆਂ ਭਰ ਉਸ ਟੋਏ ਵੱਲ ਹੋ ਪਏ ਤੇ ਤੇ ਪੁਕਾਤੀ ਗੁਰੂ ਸ਼ੇਖ ਉੱਤਰਿਆ ਸੀ ਉਹ ਟੋਏ ਕੋਲ ਆਏ ਤੇ ਪੁਕਾਤੀ ਗੁਰੂ ਸ਼ੇਖ ਨੇ ਉੱਪਰ ਆਪਣੇ ਦੋਸਤਾਂ ਨੂੰ ਆਵਾਜ਼ ਦਿੱਤੀ ਓਏ ਮੇਰੇ ਭਰਾਓ ਉੱਥੇ ਹਾਂ ਉਦੇ ਦੋਸਤਾਂ ਨੇ ਜਵਾਬ 'ਚ ਆਵਾਜ਼ ਦਿੱਤੀ ਫਿਰ ਪੁਕਾਤੀ ਗੁਰੂ ਸ਼ੇਖ ਨੇ ਇੱਕ ਬੋਰੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਤੇ ਆਪਣੇ ਦੋਸਤਾਂ ਨੂੰ ਆਵਾਜ਼ ਦਿੱਤੀ ਕਿ ਉੱਪਰ ਖਿੱਚ ਲੈ ਇਹ ਤੁਹਾਡੀ ਜੀ ਉਹਨੇ ਹਾਕ ਮਾਰੀ ਉਹਨਾਂ ਬੋਰੀ ਖਿੱਚ ਲਈ ਤੇ ਰੱਸੀ ਫੇਰ ਲਮਕਾਤੀ ਪੁਕਾਤੀ ਗੁਰੂ ਸ਼ੇਖ ਨੇ ਉਹਦੇ ਨਾਲ ਦੂਜੀ ਬੋਰੀ ਬੰਨ੍ਹਤੀ ਇਹ ਵੀ ਤੁਹਾਡੀ ਜੀ ਉਹਨੇ ਫੇਰ ਹਾਕ ਮਾਰੀ ਤੀਜੀ ਬੋਰੀ ਵੀ ਉਹਨੇ ਉਹਨਾਂ ਨੂੰ ਦੇ ਦਿੱਤੀ ਛੋਟੇ ਕੱਦ ਵਾਲੇ ਬੁੱਢੇ ਤੋਂ ਉਹਨੇ ਜੋ ਕੁਝ ਵੀ ਲਿਆ ਸੀ ਉਨੇ ਉਹਨਾਂ ਨੂੰ ਦੇ ਦਿੱਤਾ ਇਸ ਪਿੱਛੇ ਉਹਨੇ ਸ਼ਹਿਜ਼ਾਦੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਹੁਣੇ ਮਰੀ ਜੀ ਉਹਨੇ ਹਾਕ ਮਾਰੀ ਤੇ ਉਹਨਾਂ ਦੋਸਤਾਂ ਨੇ ਸ਼ਹਿਜ਼ਾਦੀ ਨੂੰ ਉੱਪਰ ਖਿੱਚ ਲਿਆ ਤੇ ਹੁਣ ਥੱਲੇ ਸਿਰਫ ਪੁਕਾਤੀ ਗੁਰੂ ਸ਼ੇਕੀ ਰਹਿ ਗਿਆ ਤੇ ਉਹ ਸੋਚਣ ਲੱਗ ਪਏ ਉਹਨੂੰ ਕਿਉਂ ਉੱਪਰ ਖਿੱਚੀਏ ਉਹਨਾਂ ਆਖਿਆ ਜੇ ਉਹਨੂੰ ਉੱਥੇ ਹੀ ਰਹਿਣ ਦਈਏ ਤਾਂ ਸ਼ਹਿਜ਼ਾਦੀ ਵੀ ਸਾਡੀ ਹੋ ਜਾਏਗੀ ਚਲੋ ਉਹਨੂੰ ਥੋੜਾ ਜਿਹਾ ਖਿੱਚ ਲੈਨੇ ਆ ਕਿ ਛੱਡ ਦਿੰਨੇ ਆ ਉਹ ਡਿੱਗ ਪੈਗਾ ਮਰ ਜਾਏਗਾ ਪੁਕਾਤੀਗੁਰੇ ਸਿੱਖ ਨੂੰ ਸੁਝ ਗਿਆ ਕਿ ਕੀ ਕਰਨ ਵਾਲੇ ਸੀ ਉਹਨੇ ਰੱਸੀ ਨਾਲ ਇੱਕ ਬਹੁਤ ਵੱਡਾ ਪੱਥਰ ਨੂੰ ਬੰਨ੍ਹਿਆ ਹਾਕ ਮਾਰੀ ਹੁਣ ਮੈਨੂੰ ਖਿੱਚ ਲਾਓ ਤੇ ਉਹਨਾਂ ਪੱਥਰ ਨੂੰ ਕੁਝ ਉੱਪਰ ਖਿੱਚਿਆ ਫਿਰ ਰੱਸੀ ਛੱਡ ਦਿੱਤੀ ਇਸ ਤਰ੍ਹਾਂ ਕੇ ਪੱਥਰ ਕੜਮ ਕਰਦਾ ਹੇਠ ਆ ਪਿਆ ਤੇ ਇਹ ਹੋ ਜਾਈ ਨੇ ਮੇਰੇ ਦੋਸਤ ਪੁਕਾਤੀਗੁਰੇ ਸਿੱਖ ਨੇ ਦਿਲਚਸਪ ਸੋਚਿਆ ਤੇ ਟੋਏ ਦੀ ਤੈ ਵਾਲੀ ਦੁਨੀਆ ਚ ਘੁੰਮਣ ਲਈ ਨਿਕਲ ਪਿਆ ਟੁਰਦਾ ਗਿਆ ਟੁਰਦਾ ਗਿਆ ਵੇਖੋ ਹੋਇਆ ਕਿ ਅਸਮਾਨ ਉੱਤੇ ਝੱਖੜ ਵਾਲੇ ਬੱਦਲ ਛਾ ਗਏ ਮੀਂਹ ਵਸਣ ਲੱਗ ਪਿਆ ਗੜੇ ਵੀ ਪੈਣ ਲੱਗ ਪਏ ਬੁਕਾਤੀ ਘੁਰੇ ਸ਼ਖਸ਼ਾਬਲੂ ਦੇ ਇੱਕ ਦਰਖਤ ਥਲੇ ਲੁੱਕ ਗਿਆ ਅਚਨ ਚੇਤੀ ਉਹਨੂੰ ਦਰਖਤ ਦੀ ਟੀਸੀ ਤੋਂ ਆਲਣੇ ਵਿੱਚੋਂ ਉਕਾਬ ਦੇ ਬੱਚਿਆਂ ਦੀ ਪੀ ਪੀ ਸੁਣੀਤੀ ਫਿਰ ਉਹ ਸ਼ਾਬਲੂ ਦੇ ਦਰਖਤ ਤੇ ਚੜ ਗਿਆ ਉਹਨੇ ਉਕਾਬ ਦੇ ਬੱਚਿਆਂ ਨੂੰ ਆਪਣੇ ਗਰਮ ਕੋਟ ਨਾਲ ਢੱਕ ਲਿਆ ਉਦੋਂ ਤੱਕ ਮੀਂਹ ਦੇ ਪ੍ਰਣਾਲੇ ਛੁੱਟੇ ਪਏ ਸਨ ਤੇ ਇੱਕ ਬਹੁਤ ਵੱਡਾ ਉਕਾਬ ਉੱਡਦਾ ਆਇਆ ਉਹ ਜਿਹਦੇ ਆਲਣੇ 'ਚ ਬੱਚੇ ਸੀ ਉਹਨੇ ਵੇਖਿਆ ਬੱਚੇ ਢਕੇ ਹੋਏ ਸੀ ਤੇ ਉਹਨੇ ਪੁੱਛਿਆ ਬੱਚੜੇਓ ਕਿਨੇ ਟਕਿਆ ਤੁਹਾਨੂੰ ਤੇ ਉਕਾਬ ਦੇ ਬੱਚਿਆਂ ਨੇ ਦੱਸਿਆ ਤੈਨੂੰ ਤਾਂ ਦਸੀਏ ਜੇ ਤੂੰ ਉਹਨੂੰ ਖਾ ਨਾ ਜਾਏ ਉਹ ਕਾ ਨਾ ਡਰੋ ਮੈਂ ਨਹੀਂ ਖਾਵਾਂਗਾ ਚੰਗਾ ਉਹ ਦਰਖਤ ਥੱਲੇ ਬੈਠਾ ਆਦਮੀ ਦਿਸਦਾ ਹੀ ਏ ਸੀ ਜਨੇਟਾ ਗਿਆ ਸੀ ਤੇ ਉਹ ਕਾਬ ਉੱਡ ਪੁਕਾਤੀ ਗੁਰੂ ਸ਼ੇਖ ਕੋਲ ਆ ਗਿਆ ਜੋ ਚਾਹੀ ਮੈਨੂੰ ਆਖ ਕਰਨ ਲਈ ਤੇ ਮੈਂ ਕਰਾਂਗਾ ਉਹਨੇ ਕਿਹਾ ਤੇ ਪਹਿਲੀ ਵਾਰ ਜਦੋਂ ਮੇਰਾ ਕੋਈ ਬੱਚਾ ਮੇਰੇ ਕੋਲ ਨਾ ਹੋਣ ਵੇਲੇ ਏਡੇ ਮੀਂਹ ਚ ਡੁੱਬਿਆ ਨਾ ਹੋਵੇ ਮੈਨੂੰ ਇਥੋਂ ਬਾਹਰ ਮੇਰੀ ਆਪਣੀ ਦੁਨੀਆ ਚ ਲੈ ਜਾ ਪੁਕਾਤੀ ਗੁਰੂ ਸ਼ੇਖ ਨੇ ਕਿਹਾ कि ਮੈਨੂੰ ਤੂੰ ਕੋਈ ਸੌਖਾ ਕੰਮ ਨਹੀਂ ਪਾਇਆ ਉਹ ਕਾਬ ਨੇ ਜਵਾਬ ਦਿੱਤਾ ਪਰ ਚਾਰਾ ਕੋਈ ਨਹੀਂ ਜੋ ਤੂੰ ਆਖਿਆ ਮੈਂ ਬਾਹ ਲਾਵਾਂਗਾ ਕਰਨ ਦੀ ਅਸੀਂ ਆਪਣੇ ਨਾਲ 6 ਪੀਪੀਆਂ ਮਾਸ ਦੀਆਂ ਤੇ 6 ਪੀਪੀਆਂ ਪਾਣੀ ਦੀਆਂ ਲੈ ਜਾਵਾਂਗੇ ਜਦੋਂ ਵੀ ਮੈਂ ਸਿਰ ਸੱਜੇ ਪਾਸੇ ਮੋੜਾਂ ਤੂੰ ਮੇਰੇ ਮੂੰਹ 'ਚ ਮਾਸ ਦੀ ਬੁੱਟੀ ਪਾਣੀ ਹੋਏਗੀ ਜਦੋਂ ਵੀ ਮੈਂ ਮੂੰਖ ਖੱਬੇ ਪਾਸੇ ਮੋੜਾਂ ਤਾਂ ਤੂੰ ਮੈਨੂੰ ਘੁੱਟ ਪਾਣੀ ਦਾ ਭਿਆਣਾ ਹੋਏਗਾ ਜੇ ਜਿਵੇਂ ਮੈਂ ਕਹਿ ਰਿਹਾ ਤੂੰ ਨਾ ਕੀਤਾ ਮੈਂ ਉੱਥੇ ਕਦੀ ਵੀ ਨਹੀਂ ਪਹੁੰਚ ਸਕਾਂਗਾ ਤੇ ਰਾਜ ਹੇਠਾਂ ਪੁੰਝੇ ਜਾ ਪਾਂਗਾ ਉਨੇ 6 ਪੀਪੀਐਮ ਆਸ ਦੀਆਂ 6 ਪੀਪੀਐਮ ਪਾਣੀ ਦੀਆਂ ਲਈਆਂ ਭੁਖਾਤੀ ਗੁਰਿਸ਼ਿਕ ਓਕਾਬ ਦੀ ਪਿੱਠ ਉੱਤੇ ਚੜ੍ਹ ਬੈਠਾ ਤੇ ਉੱਡ ਪਏ ਉੱਡਦੇ ਗਏ ਉੱਡਦੇ ਗਏ ਤੇ ਜਦੋਂ ਵੀ ਓਕਾਬ ਸਿਰ ਸੱਜੇ ਪਾਸੇ ਮੋੜਦਾ ਉਹਦੇ ਮੂੰਹ ਚ ਕੁਝ ਮਾਸ ਪਾ ਦਿੰਦਾ ਤੇ ਜਦੋਂ ਵੀ ਇਹ ਸਿਰ ਖੱਬੇ ਪਾਸੇ ਮੋੜਦਾ ਤੇ ਉਹਨੂੰ ਘੁੱਟ ਪਾਣੀ ਦਾ ਪਿਆ ਦਿੰਦਾ ਕਿੰਨਾ ਹੀ ਚਿਰ ਲੰਘ ਗਿਆ ਉਹ ਅਜੇ ਵੀ ਉੱਡਦੇ ਜਾ ਰਹੇ ਸੀ ਪਰ ਹੁਣ ਮਨੁੱਖਾਂ ਦੀ ਦੁਨੀਆ ਵਿੱਚ ਪਹੁੰਚਣ ਲਈ ਬਾਟ ਥੋੜੀ ਰਹਿ ਗਈ ਸੀ ਓਕਾਬ ਨੇ ਮਾਸ ਲਈ ਸਿਰ ਸੱਜੇ ਪਾਸੇ ਮੋੜਿਆ ਪਰ ਕੋਈ ਵੀ ਬੁੱਢੀ ਬਾਕੀ ਨਹੀਂ ਸੀ ਬੱਚੀ ਪੁਕਾਤੀ ਨੇ ਆਪਣੀ ਲੱਤ ਦਾ ਇੱਕ ਡੱਕਰਾ ਲਾਇਆ ਤੇ ਉਹ ਕਾਬ ਦੇ ਮੂੰਹ ਚ ਸੁੱਟ ਦਿੱਤਾ ਉਹ ਫਿਰ ਉੱਪਰ ਉੱਡ ਪਿਆ ਉਹ ਕਾਬ ਨੇ ਪੁੱਛਿਆ ਇਹ ਮੈਨੂੰ ਖਾਣ ਲਈ ਕੀ ਦਿੱਤਾ ਈ ਬੜਾ ਸੁਆਦੀ ਆਪਣੇ ਮਾਸ ਦੀ ਬੋਟੀ ਲੱਤਵਾਲ ਸੈਨਦ ਕਰਦੇ ਆ ਪੁਕਾਤੀ ਗੁਰੇ ਸ਼ੇਖ ਨੇ ਜਵਾਬ ਦਿੱਤਾ ਫਿਰ ਉਹ ਕਾਬ ਨੇ ਬੋਟੀ ਕੱਢ ਦਿੱਤੀ ਤੇ ਇੱਕ ਪਾਸੇ ਉੱਡਿਆ ਤੇ ਜਾਦੂ ਦਾ ਪਾਣੀ ਲਿਆਇਆ ਤੇ ਜਿਵੇਂ ਉਹਨੇ ਕੱਢੀ ਹੋਈ ਬੋਟੀ ਨੂੰ ਪੁਕਾਤੀ ਦੇ ਫੱਟ ਉਤੇ ਰੱਖਿਆ ਤੇ ਉਹਦੇ ਉੱਤੇ ਕੁਝ ਪਾਣੀ ਛਿੜਕਿਆ ਤੇ ਵੀ ਵੇਖਦੇ ਆ ਵੇਖਦੇ ਆ ਲੱਤ ਫਿਰ ਸਬਤ ਸਬੂਤ ਹੋ ਗਈ ਇਸ ਬਿਠੂ ਗਾ ਵਾਪਸ ਘਰ ਵੱਲ ਨੂੰ ਉੱਡ ਗਿਆ ਤੇ ਪੁਕਾਤੀ ਗੁਰਸ਼ੇਕ ਆਪਣੇ ਤਿੰਨਾਂ ਦੋਸਤਾਂ ਦੀ ਪਾਲਤ ਜਿੱ ਨਿਕਲ ਪਿਆ ਪਰ ਤਿੰਨੇ ਦੋਸਤ ਸ਼ਹਿਜ਼ਾਦੀ ਦੇ ਪਿਓ ਦੇ ਮਹਿਲੀ ਪੁੱਜੇ ਸਨ ਤੇ ਹੁਣ ਉੱਥੇ ਰਹਿ ਰਹੇ ਸਨ ਤੇ ਆਪੋ ਚ ਝਗੜ ਰਹੇ ਸਨ ਇਸ ਲਈ ਕਿ ਹਰ ਕੋਈ ਚਾਹੁੰਦਾ ਸੀ ਸ਼ਹਿਜ਼ਾਦੀ ਨਾਲ ਵਿਆਹ ਕਰਾਏ ਤੇ ਉਹਨੂੰ ਦੂਜੇ ਲਈ ਛੱਡਣਾ ਨਹੀਂ ਸੀ ਚਾਹੁੰਦਾ ਪੁਕਾਤੀ ਗੁਰਸ਼ੇਕ ਨੇ ਉਹਨਾਂ ਨੂੰ ਮਹਿਲੇ ਜਾ ਲੱਭਿਆ ਤੇ ਉਹਨੂੰ ਵੇਖ ਉਹਨਾਂ ਦਾ ਤਰਾ ਨਿਕਲ ਗਿਆ ਇਸ ਲਈ ਕਿ ਉਹ ਸੋਚ ਸਕਦੇ ਸੀ ਕਿ ਪੁਕਾਤੀ ਗੁਰਸ਼ੇਕ ਉਹਨਾਂ ਨੂੰ ਮਾਰ ਦੇਗਾ ਉਹ ਕਾਤੇ ਗੁਰੂ ਸ਼ੇਖ ਨੇ ਆਖਿਆ ਮੇਰੇ ਨਾਲ ਤਾਂ ਮੇਰੇ ਆਪਣੇ ਭਰਾਵਾਂ ਨੇ ਧੋਖਾ ਕਮਾਇਆ ਸੀ ਇਸ ਲਈ ਮੈਂ ਤੁਹਾਡੇ ਤੋਂ ਕੀ ਆਸ ਰੱਖ ਸਕਦਾ ਮੈਂ ਤੁਹਾਨੂੰ ਬਖਸ਼ ਹੀ ਸਕਦਾ ਤੇ ਉਹਨਾਂ ਨੇ ਬਖਸ਼ ਉਹਨਾਂ ਨੂੰ ਦਿੱਤਾ ਤੇ ਆਪ ਸ਼ਹਿਜ਼ਾਦੀ ਨਾਲ ਵਿਆਹ ਕਰਾ ਲਿਆ ਤੇ ਉਦੋਂ ਤੋਂ ਉਹਦੇ ਨਾਲ ਪਿਆਰ ਤੇ ਖੁਸ਼ੀ ਸਾਇਤ ਰਹਿ ਰਿਹਾ ਹੈ ਧੰਨਵਾਦ